ਪੱਛਮੀ ਬੰਗਾਲ ਸਰਕਾਰ ਮੁਰਦਾਬਾਦ, ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ। ਕਲਕੱਤਾ ਵਿਖੇ ਇੱਕ ਟ੍ਰੇਨਿੰਗ ਡਾਕਟਰ ਦੇ ਨਾਲ ਜਿਹੜੀ ਘਟਨਾ ਹੋਈ ਹੈ, ਉਸ ਘਟਨਾ ਨੂੰ ਲੈ ਕੇ ਸਮਾਣਾ ਸ਼ਹਿਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੁਸੀਂ ਦੇਖ ਰਹੇ ਹੋ ਕੈਂਡਲ ਮਾਰਚ ਕੱਢਿਆ ਜਾ ਰਿਹਾ। ਇਸ ਕੈਂਡਲ ਮਾਰਚ ਦੇ ਵਿੱਚ ਖਾਸ ਤੌਰ 'ਤੇ ਬੀਬੀਆਂ ਵੀ ਸ਼ਾਮਿਲ ਹੋਈਆਂ, ਗੱਲਬਾਤ ਕਰਦੇ ਹਾਂ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਕਾਂਡ ਹੋ ਰਹੇ ਨੇ, ਦਿਨੋਂ ਦਿਨ ਹੋ ਰਹੇ ਨੇ, ਇਹ ਚਾਹੇ ਮਾਂ ਦੇ ਜਨਮ ਦੇ ਮਾਂ ਦੀ ਕੁੱਖ ਦੇ ਵਿੱਚ ਬੱਚਾ ਹੋਵੇ, ਲੜਕੀ ਹੋਵੇ, ਨਿਰਭਯਾ ਕਾਂਡ ਜਿਹੜਾ 21 ਅਤੇ 22 ਸਾਲ ਦਾ, ਜਾਂ ਆਸ਼ੀਫਾ ਕਾਂਡ ਹੋਵੇ 7 ਤੋਂ 8 ਸਾਲ ਦਾ, ਜਾਂ ਡਾਕਟਰ ਮੋਮਿਤਾ ਹੋਵੇ, ਕਿਸੇ ਵੀ ਸਟੇਜ ਦੇ ਵਿੱਚ ਜਿਹੜੀ ਔਰਤ ਹੈ ਉਹ ਸੇਫ ਨਹੀਂ ਹੈਗੀ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਲਾ ਅਤੇ ਕਾਨੂੰਨ ਨੇ ਇਹ ਸਾਰੇ ਸਖਤ ਬਣਾਏ ਜਾਣ, ਤਾਂ ਜੋ ਕਿ ਇਹ ਜਿਹੜੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਨੇ, ਇਹਦਾ ਤਾਂ ਨੱਥ ਪਾਈ ਜਾ ਸਕੇ। ਘਿਨੌਣੀ ਘਟਨਾ ਨਾ ਹੋ ਸਕਣ, ਉਸ ਨੂੰ ਲੈ ਕੇ ਬੇਟਾ ਤੁਸੀਂ ਕੀ ਮੰਗ ਕਰਦੇ ਹੋ? ਸਰ, ਮੈਂ ਸਭ ਤੋਂ ਇਹੀ ਕਹਿਣਾ ਚਾਹੂੰਗੀ ਕਿ ਵਿਰੋਧੀਆਂ ਨੂੰ ਸਭ ਤੋਂ ਵੱਧ ਮੁੰਡੇ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਵੇਗੀ, ਅੱਗੇ ਤੋਂ ਉਹ ਇਹੋ ਜਿਹਾ ਕੋਈ ਕੰਮ ਹੀ ਨਾ ਕਰਨ, ਉਹਨਾਂ ਨੂੰ ਵੀ ਸੜਕ ਦੇ ਵਿਚਕਾਰ ਖੜਾ ਕੇ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ। ਕਾਨੂੰਨ ਬਣਨੇ ਚਾਹੀਦੇ ਆ, ਬੱਚਿਆਂ ਵਿੱਚ ਐਜੂਕੇਸ਼ਨ ਪੂਰੀ ਹੋਣੀ ਚਾਹੀਦੀ ਆ, ਸਭ ਤੋਂ ਪਹਿਲਾਂ ਤਾਂ ਦੇਸ਼ ਵਿੱਚ ਪੋਰਨ ਸਾਈਟਸ ਬੰਦ ਕਰਾਉਣੀ ਚਾਹੀਦੀ ਹੈ, ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਮਿਲਣੀ ਚਾਹੀਦੀ ਆ। ਹੋਰ ਵੀ ਬੀਬੀਆਂ ਇੱਥੇ ਆਉਣਾ, ਗੱਲਬਾਤ ਕਰਦੇ ਹਾਂ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ, ਤਾਂ ਕਿ ਅੱਗੇ ਤੋਂ ਬਾਅਦ ਐਵੇਂ ਦੀ ਕੋਈ ਹਰਕਤ ਨਾ ਹੋਵੇ। ਹਾਂਜੀ, ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ। ਤੁਸੀਂ ਦੇਖ ਰਹੇ ਹੋ ਔਰਤਾਂ ਵੱਲੋਂ ਔਰ ਸਮਾਜ ਸੰਸਥਾਵਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ, ਕੈਂਡਲ ਮਾਰਚ ਦੇ ਰਾਹੀਂ ਸੁਚੇਤ ਕੀਤਾ ਜਾ ਰਿਹਾ, ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਸਰ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਨਾ ਕਿ ਕਿੰਨਾ ਉਹ ਕੁੜੀ ਆਪਣੀ ਡਿਊਟੀ ਕਰ ਰਹੀ ਸੀ, ਹੈ ਨਾ, ਕਿੰਨਾ ਗਲਤ ਹੋਇਆ ਉਹਦੇ ਨਾਲ, ਅਤੇ ਉਸਦੇ ਮਤਲਬ ਉਹਦੇ ਵਿਰੋਧ 'ਚ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ, ਤਾਂ ਕਿ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਕੁਛ ਮਤਲਬ ਉਹਨਾਂ ਦੇ ਅਗੇਂਸਟ ਇਹੋ ਜਿਹੇ ਮੁੰਡਿਆਂ ਦੇ ਸਖਤ ਕਦਮ ਚੁੱਕਣੇ ਚਾਹੀਦੇ ਨੇ, ਕਿ ਅੱਗੇ ਤੋਂ ਕੋਈ ਵੀ ਇਹੋ ਜਿਹੀ ਸੋਚ ਵੀ ਨਾ ਰੱਖ ਸਕੇ, ਮਤਲਬ ਕਿ ਕੁੜੀਆਂ ਸੇਫਲੀ ਆਪਣਾ ਟੈਂਸ਼ਨ ਫਰੀ ਹੋ ਕੇ ਆਪਣੇ ਕੰਮ 'ਤੇ ਆਪਣਾ ਮਤਲਬ ਜੋ ਵੀ ਹੈ ਨਾ ਕਿਸੇ ਵੀ ਰਿਗਾਰਡ ਉਹ ਬਾਹਰ ਨਿਕਲਦੀਆਂ ਨੇ, ਤਾਂ ਉਹ ਮਤਲਬ ਨਿਕਲ ਸਕਣ। ਇਹ ਹੈ ਨਾ, ਮਤਲਬ ਇਹ ਤਾਂ ਇਹ ਹੋ ਗਿਆ ਨਾ ਕਿ ਕੁੜੀਆਂ ਬਾਹਰ ਨਿਕਲਣ ਤੋਂ ਡਰਦੀਆਂ ਨੇ, ਫਿਰ ਜੇ ਐਡੀਆਂ ਐਡੀਆਂ ਪੋਸਟਾਂ 'ਤੇ ਕੁੜੀਆਂ ਸੇਫ ਨਹੀਂ ਹੈਗੀਆਂ, ਹੈ ਨਾ, ਅਤੇ ਮਤਲਬ ਉਹਨਾਂ ਦੋਸ਼ੀਆਂ ਦੇ ਖਿਲਾਫ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਕਿ ਅੱਗੇ ਤੋਂ ਕੋਈ ਇਹੋ ਜਿਹਾ ਕਦਮ ਕਰਨਾ ਤਾਂ ਕੀ ਮਤਲਬ ਸੋਚਣ ਤੋਂ ਵੀ ਡਰੇ। ਦੇਖੋ, ਜੇ ਜਿਹੜੀ ਇਹ ਘਟਨਾ ਵਾਪਰੀ ਆਈ, ਬਹੁਤ ਹੀ ਅਣਹੋਣੀ ਘਟਨਾ ਵਾਪਰੀ ਹੈ, ਜੋ ਕਿ ਲੇਡੀ ਸਮਾਜ ਵਾਸਤੇ ਬਹੁਤ ਹੀ ਮਾੜੀ ਘਟਨਾ ਇਹ, ਜੋ ਕਿ ਨਹੀਂ ਹੋਣੀ ਚਾਹੀਦੀ ਸੀ। ਇੱਥੋਂ ਇਹ ਦਿਸਦਾ ਕਿ ਅੱਜ ਦੇ ਜ਼ਮਾਨੇ ਵਿੱਚ, ਆਧੁਨਿਕ ਯੁੱਗ ਵਿੱਚ ਵੀ ਲੇਡੀ ਇੱਕ ਸੇਫ ਨਹੀਂ ਹੈ। ਉਸੇ ਸੇਫਟੀ ਵਾਸਤੇ ਜਾਂ ਮਹਿਲਾ ਜਿਹੜੀ ਆ ਸਮਾਜ ਵਾਸਤੇ ਸੁਰੱਖਿਆ ਵਾਸਤੇ ਸਾਨੂੰ ਇਨਸਾਫ ਚਾਹੀਦਾ, ਕੈਂਡਲ ਮਾਰਚ ਕੱਢਿਆ ਜਾ ਰਿਹਾ ਉਸ ਇਨਸਾਫ ਵਾਸਤੇ, ਉਸ ਵਿਅਕਤੀ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ, ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ, ਜਿਹੜਾ ਖਾਸ ਤੌਰ 'ਤੇ ਕੰਮ ਕਰਦੇ ਹੈ, ਲੇਡੀ ਡਿਊਟੀ 'ਤੇ ਜਾਂਦੇ ਹੈ, ਔਰ ਮਤਲਬ ਵੈਸੇ ਵੀ ਸੜਕਾਂ 'ਤੇ ਵੀ ਕੰਮ ਕਾਜ 'ਤੇ ਵੀ ਜਾਣਾ ਪੈਂਦਾ ਬੰਦੇ ਨੂੰ। ਦੇਖੋ, ਪ੍ਰੋਟੈਕਸ਼ਨ ਤਾਂ ਜ਼ਰੂਰ ਹੋਣੀ, ਸੈਲਫ ਪ੍ਰੋਟੈਕਸ਼ਨ ਵੀ ਹੋਣੀ ਚਾਹੀਦੀ ਹੈ ਲੇਡੀ ਦੀ, ਬਟ ਉਸ ਤੋਂ ਵੱਡੀ ਇਹ ਵੀ ਦੇਖੋ, ਲੇਡੀ ਨੂੰ ਜਾਣਾ ਤਾਂ ਪੈਂਦਾ, ਹਰ ਵਕਤ ਕੰਮ ਕਰਨਾ ਪੈਂਦਾ, ਕਿਤੇ ਨਾ ਕਿਤੇ ਜਾਣਾ ਪੈਂਦਾ, ਰਾਤਾਂ ਨੂੰ ਵੀ ਡਾਕਟਰ ਨੂੰ ਜਾਣਾ ਪੈਂਦਾ, ਕੋਈ ਹੋਰ ਪ੍ਰੋਫੈਸ਼ਨਲ ਲੇਡੀ ਉਸ ਨੂੰ ਵੀ ਜਾਣਾ ਪੈਂਦਾ। ਹਾਂਜੀ, ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ। ਹਾਂਜੀ, ਇਸ ਪ੍ਰਤੀ ਇਸ ਸੋਚ ਜ਼ਰੂਰੀ ਆ। ਆਧੁਨਿਕ ਵਿਚਾਰਾਂ ਦੇ ਹੋ ਕੇ ਵੀ ਲੋਕ ਅੱਜ ਉਸ ਪਿਛੜੇ ਹੋਏ ਵਿਚਾਰਾਂ ਨਾਲ ਸਹਿਮਤ ਨੇ, ਅਤੇ ਉਹਨਾਂ ਪਿੱਛੇ ਨਹੀਂ ਲੱਗਣਾ ਚਾਹੀਦਾ, ਲੇਡੀ ਵਰਗ ਨੂੰ ਜਿਹੜੀ ਇਨਸਾਫ ਮਿਲਣਾ ਜ਼ਰੂਰੀ ਆ। ਥੈਂਕ ਯੂ।
ਸਰਕਾਰ ਨੂੰ ਐਵੇਂ ਦਾ ਨਿਯਮ ਬਣਾਉਣਾ ਚਾਹੀਦਾ ਕਿ ਇਨਸਾਨ ਦੇ ਅੰਦਰ ਖੌਫ ਪੈਦਾ ਹੋਵੇ ਤਾਂ ਕਿ ਦੁਬਾਰਾ ਇਸ ਦੇ ਬਾਰੇ ਕੋਈ ਸੋਚ ਨਾ ਸਕੇ। ਬਸ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਸਰਕਾਰ ਇਹਦੇ ਬਾਰੇ ਕੋਈ ਨਾ ਕੋਈ ਕਦਮ ਚੱਕੇ। ਥੈਂਕ ਯੂ। ਜੇ ਸਾਡਾ ਧਰਨਾ ਹੈ ਕਲਕੱਤਾ ਵਿਖੇ, ਜੋ ਬਹੁਤ ਹੀ ਘਿਨਾਉਣੀ ਹਰਕਤ ਹੋਈ ਹੈ ਉਸ ਪੀੜਿਤ ਔਰਤ ਨੂੰ ਇਨਸਾਫ ਦਿਵਾਉਣ ਲਈ ਅਤੇ ਬਾਕੀ ਔਰਤਾਂ ਦੀ ਸੁਰੱਖਿਆ ਲਈ ਇੱਕ ਜਨ ਚੇਤਨਾ ਕੈਂਡਲ ਮਾਰਚ ਕੱਢਿਆ ਜਾ ਰਿਹਾ। ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਟੀਚਰਾਂ ਦੀਆਂ ਸ਼ਾਮਿਲ ਨੇ, ਸਟੂਡੈਂਟ ਜਥੇਬੰਦੀਆਂ ਸ਼ਾਮਿਲ ਨੇ। ਸਿਰਫ ਇੱਕ ਸੰਕੇਤ ਦੇ ਰਿਹਾ ਕਿ ਭਵਿੱਖ 'ਚ ਅਜਿਹੀਆਂ ਘਟਨਾ ਨਾ ਹੋਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਹੱਥ ਕੰਬਣ ਲੋਕਾਂ ਦੇ ਅਜਿਹੀਆਂ ਕਾਰਵਾਈਆਂ ਕਰ। ਜੋ ਇਹ ਜ਼ੁਲਮ ਹੋਇਆ ਡਾਕਟਰ 'ਤੇ ਅਤੇ ਇਹ ਆਪਣੀਆਂ ਧੀਆਂ ਭੈਣਾਂ ਦੀ ਸੁਰੱਖਿਆ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਿ ਸਖ਼ਤ ਤੋਂ ਸਖ਼ਤ ਸਜ਼ਾਵਾਂ ਇਹਨਾਂ ਦੋਸ਼ੀਆਂ ਨੂੰ ਦਿੱਤੀਆਂ ਜਾਣ। ਇਸ ਕਰਕੇ ਇਸ ਮਾਣੇ ਦੇ ਵਿੱਚ ਜੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਉਹ ਤਾਂ ਸਾਰਿਆਂ ਨੂੰ ਜਾਗਰੂਕ ਕਰਨ ਦੇ ਲਈ ਅਤੇ ਲਾਮਬੰਦ ਕਰਨ ਦੇ ਲਈ ਕੀਤਾ ਜਾ ਰਿਹਾ। ਇਹ ਸਾਡੀ ਸਾਰਿਆਂ ਦੀ ਮੰਗ ਹੈ ਕਿ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੋਸ਼ੀਆਂ। ਥੈਂਕ ਯੂ। ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਨੇ, ਮਾਮਾ ਪਿਛਲੇ ਦਿਨੀ ਜੋ ਸਰਕਾਰੀ ਹਸਪਤਾਲ ਕਲਕੱਤਾ ਦੇ ਵਿਖੇ ਇੱਕ ਲੇਡੀ ਡਾਕਟਰ ਦੇ ਨਾਲ ਜੋ ਕਿ MD ਦੀ ਵਿਦਿਆਰਥਣ ਸੀ ਉਹਦੇ ਨਾਲ ਰਾਤ ਨੂੰ ਦਰਿੰਦਗੀ ਕਰਦੇ ਹੋਏ ਰੇਪ ਕੀਤਾ ਅਤੇ ਉਸ ਦੀ ਹੱਤਿਆ ਕੀਤੀ ਗਈ। ਅਸੀਂ ਘੋਰ ਨਿੰਦਾ ਕਰਦੇ ਹਾਂ ਅਤੇ ਬ੍ਰਾਹਮਣ ਸਮਾਜ ਵੱਲੋਂ ਇਸ ਦੀ ਪੁਰਜ਼ੋਰ ਅਪੀਲ ਹੈ ਸਰਕਾਰ ਨੂੰ ਕਿ ਇਹਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਬਾਈ। ਅਸੀਂ ਅਧਿਆਪਕ ਹੋਣ ਦੇ ਨਾਤੇ ਇਹੀ ਕਹਿਣਾ ਚਾਹ ਰਹੇ ਹਾਂ ਸਰਕਾਰ ਨੂੰ ਕਿ ਜੋ ਵੀ ਸਾਡੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਔਰ ਇਹਨਾਂ ਦੀ ਸੁਰੱਖਿਆ ਵਾਸਤੇ ਅਸੀਂ ਅੱਜ ਸਾਰਾ ਭਾਈਚਾਰਾ ਇਕੱਠਾ ਹੋਇਆ ਸਮੂਹ, ਉਹ ਚਾਹੇ ਸਮਾਣੇ ਦੇ ਟੀਚਰ ਸਾਥੀ ਹੈ ਚਾਹੇ ਆਮ ਸਮਾਜਿਕ ਲੋਕ ਨੇ ਸਾਡੇ ਨਾਲ ਪਿੱਛੇ ਬੈਠੇ ਨੇ ਸਮਾਣੇ ਦੀ ਗਲੀਆਂ ਦੇ ਵਿੱਚ। ਅਸੀਂ ਆਮ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜਿੱਥੇ ਸਰਕਾਰ ਉਹਨਾਂ ਧੀਆਂ ਭੈਣਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਉਸੇ ਉਸਦੇ ਲੜੀ ਦੇ ਤਹਿਤ ਅਸੀਂ ਵੀ ਆਪਣੀ ਧੀਆਂ ਭੈਣਾਂ ਨੂੰ ਸੁਰੱਖਿਆ ਰੱਖਣ ਵਾਸਤੇ ਕੁਛ ਨਾ ਕੁਛ ਉਪਰਾਲਾ ਕਰ ਸਕੀਏ। ਸਰਕਾਰ ਨੂੰ ਇਹ ਬੇਨਤੀ ਮੇਰੇ ਤੋਂ ਇੱਕੋ ਇੱਕ ਜਿਹੜਾ ਹੈਗਾ ਇੱਕੋ ਲਾਈਨ 'ਚ ਹੈ ਕਿ ਇਹੋ ਜਿਹੇ ਦੋਸ਼ੀਆਂ ਨੂੰ ਚੁਰਾਹੇ 'ਚ ਖੜ੍ਹੇ ਕਰਕੇ ਵੱਟੇ ਮਾਰ ਕੇ ਤਸੀਹੇ ਦੇ ਕੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਬਾਕੀਆਂ ਨੂੰ ਕਿ ਉਹਨਾਂ ਨੂੰ ਜਾਨੋ ਮਾਰ ਦੇਣਾ ਚਾਹੀਦਾ ਲੋਕਾਂ ਕੋਲ ਇਨਸਾਫ। ਤੁਸੀਂ ਕੀ ਕਹਿੰਦੇ? ਅਸੀਂ ਕਹਿੰਦੇ ਅਸੀਂ ਕਿਰਤੀ ਕਿਸਾਨ ਜ਼ਿਲ੍ਹੇ ਵੱਲੋਂ ਮੈਂ ਜ਼ਿਲ੍ਹੇ ਦੇ ਆਗੂ ਹੋਣ ਦੇ ਨਾਤੇ ਅਸੀਂ ਇਸ ਜੋ ਕੈਂਡਲ ਮਾਰਚ 'ਚ ਆਏ ਹਾਂ ਪਰ ਸਾਡੇ ਭਾਰਤ ਵਰਗੇ ਮਹਾਨ ਦੇਸ਼ ਵਿੱਚ ਆਏ ਦਿਨ ਇਹੋ ਜਿਹੇ ਬਲਾਤਕਾਰ ਹੁੰਦੇ ਨੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਜਿਹੜੇ ਇਹੋ ਜਿਹੇ ਦਰਿੰਦੇ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣਾ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।